ਮੈਨੂੰ ਪਾਕਿਸਤਾਨ 'ਚ ਆਇਆ ਇੱਕ ਮਹੀਨਾ ਹੋ ਚੱਲਿਆ, ਇਕੱਲਿਆਂ ਕਾਰ 'ਚ ਅੱਬੂ ਦੇ ਨਾਲ ਰਹਿੰਦੇ ਹਾਂ। ਬਹੁਤ ਹੀ ਅਜੀਬ ਵੀ ਲੱਗਦਾ ਕਿਸੇ ਵੇਲੇ ਕਿ ਆ ਭਰਿਆ ਕਾਰ ਹੁੰਦਾ ਸੀ। ਅੱਜ ਮੈਂ ਬਾਹਰ ਥੋੜ੍ਹਾ ਜਿਹਾ ਸੈਰ ਕਰਨ ਗਈ, ਵਾਪਸੀ 'ਤੇ ਆਪਣੇ ਘਰ ਦਾ ਦਰਵਾਜ਼ਾ ਦੂਰੋਂ ਮੈਨੂੰ ਦਿਸਿਆ ਅਤੇ ਮੇਰੇ ਦਿਲ 'ਚ ਇੱਕ ਖਾਹਿਸ਼ ਜਿਹੀ ਜਾਗੀ, ਇੱਕ ਬੜੀ ਬੇਤਾਬੀ ਜਿਹੀ ਕਿ ਕਾਸ਼ ਉਹ ਵਕਤ ਵਾਪਸ ਆ ਜਾਏ, ਮੇਰੀ ਮਾਂ ਵਾਪਸ ਆ ਜਾਏ, ਇਸ ਘਰ 'ਚ ਇੰਝ ਹੀ ਰੌਣਕਾਂ ਹੋਣ ਜਿਸ ਤਰ੍ਹਾਂ ਮੈਂ ਕਿਚਨ 'ਚ ਖਲੋ ਕੇ ਪਕਾਉਂਦੀ। ਅੰਮੀ ਇੰਝ ਹੀ ਮੈਨੂੰ ਪਕਾ ਕੇ ਦੇਣ, ਪਿਆਰ ਨਾਲ ਕਹਿਣ ਕੇ ਲੈ ਖਾ, ਤੂੰ ਇੰਨੀ ਦੂਰੋਂ ਆਈ ਹੈ, ਤੇਰੀ ਮਾਂ ਤੈਨੂੰ ਪਕਾ ਕੇ ਦਿੰਦੀ ਹੈ। ਭੈਣਾਂ ਭਰਾਵਾਂ ਦੀਆਂ ਉਹ ਆਵਾਜ਼ਾਂ ਆਉਣ ਕਿ ਮੈਂ ਸਕੂਲ ਚੱਲਾ ਵਾਂ, ਅੰਮੀ ਜੀ ਮੈਂ ਸਕੂਲੋਂ ਆ ਗਿਆ ਵਾਂ, ਕੀ ਪਕਾਇਆ ਅੱਜ ਤੁਸੀਂ? ਅੱਜ ਤਾਂ ਮੈਂ ਬਤਾਊ ਨਹੀਂ ਖਾਣੇ, ਮੈਂ ਚੱਲੀ ਹਾਂ ਬਾਜੀ ਵੱਲੋਂ ਸਾਲਣ ਲੈਣ। ਇਹ ਯਾਦਾਂ ਸਨ ਉਸ ਵਕਤ ਦੀਆਂ, ਕਦੀ ਅਚਾਨਕ ਹੀ ਬਾਹਰ ਟਾਂਗਾ ਖਲੋਂਦਾ ਸੀ ਅਤੇ ਪੁੱਪੋ ਆ ਜਾਂਦੇ ਸਨ, ਦਿਲ ਖੁਸ਼ੀ ਨਾਲ ਭਰ ਜਾਂਦਾ ਸੀ। ਇਹ ਵਕਤ ਕਿੱਥੇ ਗਏ, ਕਿੱਥੇ ਗਏ।